ਲੋਕੀ ਨੇ ਬਣਾਉਂਦੇ ਹਨ ਸੁੱਖ ਸੁੱਖ ਕਹਿ ਕੇ ਸੁੱਖ ਸੰਗੇੜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੱਲ ਰਿਹਾ ਸ਼ੂਟ ਡੋਂਟ ਵਰੀ ਗਾਣੇ ਦਾ ਸੁੱਖ ਵੀ ਹੋਣੀ ਸਾਰੇ ਬਹੁਤ ਵੀ ਇਤਰਾ ਲੱਗੇ ਨੇ ਬਹੁਤ ਜ਼ਿਆਦਾ ਗਰਮੀ ਹੈ ਬਾਹਰ ਵੀ ਦੱਸਿਓ ਮਾੜੀ ਕਿੰਨੀ ਗਰਮੀ ਹੈ ਗਰਮੀ ਬਹੁਤ ਅੱਜ ਬਿਕੋਜ਼ ਆਫ ਫਾਇਰ ਵੈਦਰ ਬਹੁਤ ਖਰਾਬ ਆ ਧੂੰਆਂ ਬਹੁਤ ਚੱਲ ਰਿਹਾ ਫਿਰ ਵੀ ਲੱਗੇ ਹੋਏ ਆ ਹੋਪਫੁਲੀ ਤੁਸੀਂ ਸਾਰੇ ਪਿਆਰ ਦਿਓਗੇ ਪਹਿਲਾ ਸ਼ਾਟ ਆ ਰਿਹਾ ਪਹਿਲਾ ਸ਼ਾਟ ਕਰਨ ਲੱਗੇ ਹੋਏ ਆ ਇਹ ਤੋਂ ਬਾਅਦ ਹੋਰ ਲੋਕੇਸ਼ਨ 'ਤੇ ਜਾਣੇ ਨਾਲ ਦੀਆਂ ਉੱਥੋਂ ਦੱਸਦੇ ਜਾਵਾਂਗੇ ਅਤੇ ਆਪਣੇ ਅੰਦਰ ਰਵਾਂਗੇ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨ ਔਜਲਾ ਜਿਵੇਂ ਤੁਹਾਨੂੰ ਪਤਾ ਹੀ ਹੈ ਅਤੇ ਅੱਜ ਹੈਗਾ ਸਾਡਾ ਡੇ ਟੂ ਵਿਦ ਵਨ ਐਂਡ ਓਨਲੀ ਟੀਮ 10+1 ਕ੍ਰੀਏਸ਼ਨ ਲੱਗੇ ਹੋਏ ਸਾਰੇ ਪਿੱਛੇ ਸਾਰੇ ਸਵਾਲ ਲੈ ਰਹੇ ਹਾਂ ਅਤੇ ਹੋਪਫੁਲੀ ਤੁਸੀਂ ਸਾਰੇ ਲਾਈਕ ਕਰੋਗੇ ਵੀਡੀਓ ਮੇਰੇ ਕੋਲ ਤਾਂ ਯਾਰ ਆਈ ਤਿਆਰ ਗੱਲਾਂ ਹੁੰਦੀਆਂ ਨੇ ਇਹਨਾਂ ਨੂੰ ਬਾਈ ਹੁਣ ਵੀ ਸੋਚਦੇ ਹੋਣਗੇ ਵੀਰੇ 100 ਯਾਰ ਵਾਲੇ ਹਿਸਾਬ ਦਾ ਹੈ ਨਹੀਂ ਹੌਲੀ ਹੌਲੀ ਆ ਗਈ ਹੈਲੀਕਾਪਟਰ ਦੀ ਹਾਲਤ ਤੋਂ ਦੇਖ ਕੇ ਲਾ ਸਿੰਮੂ ਇਹ ਪਾਸਵਰਡ ਤੈਨੂੰ ਮੈਂ ਦਿੰਨਾ ਠੀਕ ਹੈ ਸੋ ਸਾਰੀਆਂ ਵੀਡੀਓ ਐਡਿਟ ਕਰਾ ਕੇ ਰਿਲੀਜ਼ ਕਰਵਾ ਦਿਓ ਪਰਫੈਕਟ ਠੀਕ ਆ ਹਾਲੀਵੁੱਡ ਵਾਲੀਆਂ ਵੀ ਸਾਰੀਆਂ ਹੈ ਕਰਾਉਂਦੇ ਨੇ ਸਟਰੀਟ ਡਿਲੀਟ ਕਰ ਹਾਂ ਹਿਸਟਰੀ ਡਿਲੀਟ ਕਰ ਦਿਓ ਮੇਰੇ ਕੰਪਿਊਟਰ ਤੋਂ a few moments later ਤੁਹਾਨੂੰ ਕਿਵੇਂ ਪਤਾ ਖਿੱਚੀ ਨੇ ਕੀ ਹਾਲ ਆ ਤੁਹਾਡੇ ਬਾਈ ਕਹਿੰਦਾ ਅਸੀਂ ਖਿੱਚੀ ਆ ਨੇ ਤੁਸੀਂ ਤਾਂ ਸਵੇਰ ਦੇ ਹੁਣ ਆਏ ਹੋ ਤੁਹਾਨੂੰ ਕਿਵੇਂ ਪਤਾ ਖਿੱਚੀ ਆ ਹਾਂ ਮੈਂ ਤੁਹਾਨੂੰ ਉੱਤਰ ਦੇ ਹੁੰਦੇ ਹਾਂਜੀ ਆ ਜੀ ਸਾਰਿਆਂ ਨੂੰ ਅਗਲੇ ਸ਼ਾਟ ਦੀ ਹੋਰੀ ਤਿਆਰੀ ਤੇ ਸੁੱਖ ਬਾਜਾ ਪੱਟ ਰਿਹਾ ਟੋਆ ਦੇ ਟੋਏ ਦੇ ਵਿੱਚ ਕੀ ਦੱਬਣਾ ਇਹ ਤਾਂ ਤੁਹਾਨੂੰ ਬਾਈਓ ਦਿਖਾਊਗਾ ਬਿਹਾਈਂਡ ਦਾ ਕੈਮਰਾ ਗੋਲੀ ਆਪਣਾ ਪਰ ਜਦੋਂ ਬਾਈ ਦੱਬ ਰਹੇ ਹੋ ਉਹੀ ਲੈਣੀ ਹੈ ਨਾ ਤੇ ਤਿਆਰੀ ਚੱਲ ਰਹੀ ਹੈ ਬਾਹਰ ਧੁੱਪ ਪਵਾਉਣਾ ਪਹਿਲਾਂ ਟੋਆ ਬਾਹਰ ਪੱਟਣਾ ਸੀ ਪਰ ਅੰਦਰ ਪੱਟਣਾ ਪੈ ਗਿਆ ਗਰਮੀ ਦੇ ਕਰ ਤੇ ਹੋਰ ਕੀ ਕਹਿਣਾ ਬਾਈ ਤੇ ਹੋਪਫੁਲੀ ਤੁਸੀਂ ਸਾਰੇ ਲਾਈਕ ਕਰੋਗੇ ਤੇ ਕਮੈਂਟ ਕਰੋਗੇ ਤੇ ਸ਼ੇਅਰ ਕਰੋਗੇ ਇਹ ਤਾਂ ਮੈਂ ਕਹਿਣਾ ਹੀ ਹੁੰਦਾ I showed them all I had of faith in you.
ਸਸਿਕਾਲ ਜੀ ਸੋ ਅੱਜ ਸਾਡਾ ਸ਼ੂਟ ਡਨ ਹੋ ਚੁੱਕਿਆ ਗਾਣੇ ਦਾ ਨਾਮ ਹਜੇ ਨਹੀਂ ਰੱਖਿਆ ਰੱਖਦਾ ਕਿਹੜਾ ਡੋਂਟ ਵਰੀ ਟੈਨਸ਼ਨ ਨਾ ਲਿਓ ਤੇ ਸ਼ੂਟ ਡਨ ਹੋ ਚੁੱਕਿਆ ਕਰਨ ਔਜਲਾ ਰਿਹਾਨ ਰੈਕਟ ਸਾਡਾ ਸੰਦੀਪ ਵੀਰਾ ਅਤੇ ਦੀਪ ਚੰਡੂ ਅਤੇ ਪਰਮਾ ਮਿਊਜ਼ਿਕ ਅਤੇ ਅਸੀਂ ਬਹੁਤ ਹੀ ਵਧੀਆ ਸ਼ੂਟ ਹੋਇਆ ਜੀ ਉਮੀਦ ਕਰਦਾ ਕਿ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਬੜਾ ਡਿਫਰੈਂਟ ਜਿਹਾ ਜੀ ਅਸੀਂ ਬੜਾ ਈਜ਼ੀ ਹੋ ਕੇ ਸ਼ੂਟ ਕੀਤਾ ਬੜੀ ਸਟ੍ਰੈਸ ਨਹੀਂ ਅਤੇ ਵਧੀਆ ਆਇਆ ਸ਼ੂਟ ਸੋ ਸਾਡੀ ਟੀਮ ਸਾਡੀ ਸਾਰੀ ਨਾਲ ਅਤੇ ਕਰਨ ਵੀਰਾ ਦੱਸੂਗਾ ਸਾਨੂੰ ਹਾਂਜੀ ਅੱਜ ਦੂਜਾ ਦਿਨ ਸੀਗਾ ਸ਼ੂਟ ਦਾ ਕੱਲ੍ਹ ਰਾਤ 3 ਵਜੇ ਗਏ ਅਤੇ ਸਵੇਰੇ 7 ਵਜੇ ਉੱਠ ਕੇ ਫਿਰ ਆਇਆ ਬਾਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਪਹਿਲਾਂ ਮੈਂ ਥੈਂਕ ਯੂ ਕਰ ਰਿਹਾ ਸਾਰੀ 10+1 ਟੀਮ ਦੇ ਮੇਰੇ ਵੱਲੋਂ ਅਤੇ ਬਹੁਤ ਵਧੀਆ ਸ਼ੂਟ ਹੋਇਆ ਸਾਰਾ ਕੁਛ ਬਹੁਤ ਘੈਂਟ ਗਿਆ ਅਤੇ ਹੋਪਫੁਲੀ ਤੁਸੀਂ ਸਾਰੇ ਪਿਆਰ ਦਿਓਗੇ ਅਤੇ ਇੱਦਾਂ ਹੀ ਪਿਆਰ ਦਿੰਦੇ ਰਹੋਗੇ ਉਹਨਾਂ ਨੇ ਪ੍ਰੋਜੈਕਟਸ ਨੂੰ ਅਤੇ ਬਾਕੀ ਉਹ ਲਾਈਕ ਅਤੇ ਸ਼ੇਅਰ ਕਰ ਦਿਓ ਆ ਤਾਂ ਮੈਂ ਕਹਿ ਸ਼ੇਅਰ ਕਰ ਦਿਓ ਅਤੇ ਸਾਡਾ ਚੈਨਲ ਜਿਹੜਾ ਹੈਗਾ ਜ਼ਰੂਰ ਸਬਸਕ੍ਰਾਈਬ ਕਰੋ ਅਤੇ 10+1 ਕ੍ਰੀਏਸ਼ਨਸ ਇੱਦਾਂ ਹੀ ਪਿਆਰ ਕਰਦੇ ਰਹੋ।